Ouais, j'ai eu la nuit, il y a une semaine de jour à Saint-Étienne. ਸ਼ੇਅਰ ਕਰੀਏ ਵਾਹਿਗੁਰੂ ਜੀ ਲਾਈਵ ਪੈਰਿਸ ਦੇ ਵਿੱਚ ਨਗਰ ਕੀਰਤਨ ਸਿੰਘ ਸਭਾ ਗੁਰਦੁਆਰਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਸਾਰੇ ਵੀਰਾਂ ਸ਼ੇਅਰ ਜ਼ਰੂਰ ਕਰੀ ਜਾਇਓ ਚੱਲਦਾ ਚੱਲਦਾ ਪੈਰਿਸ ਦੇ ਵਿੱਚ ਨਗਰ ਕੀਰਤਨ ਸਿੰਘ ਸਭਾ ਗੁਰਦੁਆਰਾ ਬਬੀਨੀ ਵੱਲੋਂ ਹੈ ਅਤੇ ਬਹੁਤ ਹਮਾਂ ਕੇ ਸੰਗਤਾਂ ਪੁੱਜੀਆਂ ਵਾ ਜੀ ਅਤੇ ਜਿਹੜੇ ਵੀ ਸਿੱਖ ਸਿੱਖੀ ਨੂੰ ਪਿਆਰ ਕਰਦੇ ਮੇਰੇ ਵੀਰ ਮੇਰੀਆਂ ਭੈਣਾਂ ਮਾਤਾਵਾਂ ਸਭ ਪੁੱਜੇ ਵੇ ਅਤੇ ਤੁਸੀਂ ਖੁਦ ਦੇਖ ਸਕਦੇ ਸਿਕਿਉਰਿਟੀ ਬਹੁਤ ਵਧੀਆ ਆਪਣਾ ਕੰਮ ਨਿਭਾ ਰਹੇ ਅਤੇ ਪੁਲਿਸ ਵਾਲੇ ਵੀਰ ਵੀ ਬਹੁਤ ਵਧੀਆ ਕੰਮ ਆਪਣਾ ਨਿਭਾ ਰਹੇ ਅਤੇ ਬਹੁਤ ਸੇਵਾਦਾਰ ਵੀਰਾਂ ਨਾਲ ਲੰਗਰ ਆਪਣੇ ਲਾਏ ਹੋਇਆ ਬਹੁਤ ਯਾਨੀ ਕਿ ਜਿਹਦੇ ਜਿੰਨੀ ਸਿੰਘ ਤੋਂ ਸ਼ਰਧਾ ਹੈ ਉੱਨੀ ਨਿਭਾ ਰਹੇ ਸਾਰੇ ਅਤੇ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਲਾਈਵ ਚੱਲਦੇ ਨੂੰ ਤਾਂ ਕਿ ਹੋਰ ਵੀ ਮੇਰੇ ਵੀਰ ਦੇਖ ਸਕਣ ਅਤੇ ਸਾਡੇ ਨਾਲ ਵੱਧ ਤੋਂ ਵੱਧ ਜੁੜ ਸਕਣ ਅਤੇ ਸ਼ੇਅਰ ਵੀ ਸਾਰੇ ਕਰਦੇ ਜਾਓ ਜੀ
ਪੈਰਸ ਤੋਂ ਆਏ ਲਾਗੇ ਬੋਲਰ ਨਹੀਂ ਪੈਰਸ ਬਣਾ ਫਿਰ ਨਗਰ ਕੀਰਤਨ ਹੋ ਗਿਆ ਅਤੇ ਬਹੁਤ ਜ਼ਿਆਦਾ ਸੰਗਤ ਆ ਪੁਲਿਸ ਦੀ ਪੁਲਿਸ ਸਿਕਿਉਰਿਟੀ ਆ ਸੇਵਾਦਾਰ ਵੀ ਬਹੁਤ ਵਧੀਆ ਆਪਣੀ ਜੀਵਨ ਨਿਭਾ ਰਹੇ ਆ ਅਤੇ ਸਾਰੀ ਸੰਗਤ ਇਹ ਵਧੀਆ ਤਰੀਕੇ ਦੇ ਨਾਲ ਕਰਕੇ ਆ ਰਹੀ ਆ ਪਿੱਛੇ ਮਿਹਰਬਾਨੀ ਵੀਰ ਜੀ ਨਾ ਵੀਰਾਂ ਨੂੰ ਸ਼ੇਅਰ ਕਰਨਾ ਪਲੀਜ਼ ਲਾਈਕ ਨਹੀਂ ਕਰਦੇ ਜਾਓ ਵੀਡੀਓ ਲਾਈਕ ਦਾ ਬਟਨ ਥੱਲੇ ਜੇ ਕਲਿੱਕ ਕਰ ਦਿਓ ਕਰੀ ਸ਼ੇਅਰ ਕਰੀ ਜਾਓ ਜੀ ਸਾਰੇ ਮੇਰੇ ਵੀਰ ਇਹਨਾਂ ਲਓ ਵੀਰਾਂ ਲਓ ਛੋਟੇ ਛੋਟੇ ਬੱਚੇ ਦਿਖਾ ਰਹੇ ਮੇਰੀ ਵੀਰੀ ਗੱਤਕਾ ਅਖਾੜਾ ਪ੍ਰਾਂਤ ਵੱਧ ਤੋਂ ਵੱਧ ਸ਼ੇਅਰ ਕਰੀ ਜਾਵੇ ਸਾਰੇ ਮੇਰੇ ਵੀਰ ਜਿਹੜੇ ਦੇਖਦੇ ਤਾਂ ਕਿ ਹੋਰ ਵੀ ਜੁੜ ਸਕਣ ਅਤੇ ਪੈਰਿਸ ਦੇ ਵਿੱਚ ਹੈ ਜੀ ਨਗਰ ਕੀਰਤਨ ਤੁਸੀਂ ਦੇਖ ਸਕਦੇ ਅਤੇ ਗੱਤਕਾ ਗਰੁੱਪ ਹੈ ਜੀ ਸ਼ੇਅਰ ਕਰ ਦਿਓ ਪਲੀਜ਼ ਅਸੀਂ ਪਤਾ ਕਰਦੇ ਹਾਂ ਫੋਨ ਕੇ ਵੀ ਪੈਰਿਸ ਪ੍ਰਾਂਤ ਨਗਰ ਕੀਰਤਨ ਲਾਈਕ ਕਰਨਾ ਪਲੀਜ਼ ਆਪਣੇ ਫੇਸਬੁੱਕ ਆਈ ਡੀ ਅਤੇ ਵਟਸਐਪ ਦੇ ਗਰੁੱਪ ਹੈ ਜ਼ਰੂਰ ਲਿੰਕ ਸ਼ੇਅਰ ਕਰੋ ਜਲਦੀ ਜਲਦੀ ਵੱਧ ਤੋਂ ਵੱਧ ਸੰਗਤ ਦਰਸ਼ਨ ਕਰ ਸਕੇ ਲਾਈਕ ਹੀ ਕਰ ਦਿਓ ਥੱਲੇ ਲਾਈਕ ਦਾ ਬਟਨ ਜੇ ਸ਼ੇਅਰ ਨਹੀਂ ਕਰ ਸਕਦੇ ਪੈਰਿਸ ਤੋਂ ਹੈ ਜੀ ਲਾਈਵ ਵੱਧ ਤੋਂ ਵੱਧ ਸ਼ੇਅਰ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਵੱਧ ਤੋਂ ਵੱਧ ਸ਼ੇਅਰ ਕਰੋ ਸਾਰੇ ਵੀਰ ਜਿੰਨੇ ਮੇਰੇ ਦੇਖਦੇ ਰੱਬ ਅੱਗੇ ਸ਼ੇਅਰ ਕਰੋ ਜੀ ਪੈਰਿਸ ਦੇ ਵਿੱਚ ਹੈ ਨਗਰ ਕੀਰਤਨ ਸ਼ੇਅਰ ਕਰੋ ਜੀ ਤਾਂ ਕਿ ਹੋਰ ਵੀ ਦੇਖ ਸਕਣ ਪੈਰਿਸ ਦਾ ਨਗਰ ਕੀਰਤਨ ਮਿਹਰਬਾਨੀ ਸੁਖਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸ਼ੇਅਰ ਕਰੋ ਜੀ ਸਾਰੇ
ਖਾਲਸਾ ਮਤ 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 ਮਤ
ਆਜਾ ਭਰਾਵਾ ਉਹਨਾਂ ਕੋਲ ਗੱਲ ਪੈ ਜਾ ਕੇ ਬੁੜੀ ਨੇ ਵੀ ਫੋਟੋ ਮੰਗਵਾ। ਕੱਲ੍ਹ ਜਿਹੜੀ ਮੀਟਿੰਗ ਉੱਤੇ ਖਾਣੀ ਸੀ ਨਾ ਉਹ ਲਾਈਵ ਕਰਨੀ ਮੇਰੇ ਨਾਲ ਮੇਰਾ ਪੰਡ ਇੱਥੇ ਲਾਈਵ ਕਰੀ ਸਿੱਧਾ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ। ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਦੇਖੋ ਜੀ ਕਿੰਨੀ ਜ਼ਿਆਦਾ ਸੰਗਤ ਪੁੱਜੀ ਦੇਖ ਸਕਦੇ ਤੁਸੀਂ ਸਾਰੇ।
ਤੇ ਇੱਥੇ ਸਾਡੇ ਵੀਰ ਵੀ ਪੁੱਜੇ ਵੇ ਜੀ, ਇਹ ਜੀ ਕੁਲਵਿੰਦਰ ਸਿੰਘ ਫਰਾਂਸ। ਹਾਂਜੀ ਕੁਛ ਕਹਿਣਾ ਚਾਹੁੰਦੇ ਜੀ? ਭਾਜੀ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਅੱਜ ਪੰਥ ਦਾ ਵਿਸਾਖੀ ਦਾ ਖਾਲਸਾ ਸਾਜਨਾ ਦਿਵਸ ਆ, ਅਤੇ ਸਾਰੇ ਜਾਣੇ ਰਲ ਮਿਲ ਕੇ ਪਿਆਰ ਨਾਲ ਰਹੋ, ਇੱਕ ਦੂਜੇ ਦੀ ਮਦਦ ਕਰੋ, ਕੰਮਾਂਕਾਰਾਂ 'ਚ ਮਦਦ ਕਰੋ, ਪਰਿਵਾਰਾਂ ਦੀ ਮਦਦ ਕਰੋ, ਜੇ ਕੋਈ ਇੱਥੇ ਪਰੇਸ਼ਾਨ ਆ ਉਹਦੀ ਮਦਦ ਕਰੋ, ਕਿਉਂਕਿ ਫਰਾਂਸ ਦਾ ਬਹੁਤ ਨਾਂ ਹੈ ਆਪਣੇ ਯੂਰਪ ਦੇ ਵਿੱਚ, ਅਤੇ ਪੰਜਾਬੀ ਪੈਰਸ ਪੇਜ ਨੂੰ ਵੱਧ ਤੋਂ ਵੱਧ ਪਿਆਰ ਦਿਓ, ਇਹਦੇ ਨਾਲ ਜੁੜੋ, ਅਤੇ ਜੇ ਕੋਈ ਦੀਆਂ ਕਮੀਆਂ ਜਾਂ ਪੇਸ਼ੀਆਂ ਸਾਨੂੰ ਦੱਸੋ, ਅਸੀਂ ਹਮੇਸ਼ਾ ਬੈਠੇ ਹਾਂ। ਸੋ ਟੋਨੀ ਭਾਅ ਜੀ ਨੂੰ ਬਹੁਤ ਬਹੁਤ ਮੁਬਾਰਕਾਂ, ਖਾਸ ਕਰਕੇ ਸਾਰਾ ਕ੍ਰੈਡਿਟ ਉਸ ਵੀਰ ਨੂੰ ਜਾਂਦਾ ਜਿਹਨੇ ਆਪਣਾ ਸਾਰਾ ਕੁਛ ਤਿਆਗ ਕੇ ਗੁਰੂ ਦੇ ਲੜ ਲੱਗੇ ਔਰ ਖਾਲਸਾ ਸੱਜੇ, ਉਹਨਾਂ ਨੂੰ ਖਾਸ ਕਰਕੇ ਮੇਰੇ ਵੱਲੋਂ ਵਧਾਈ। ਕਿੱਥੇ ਆਉਂਦਾ ਮੈਂ ਤਾਂ ਉਹਨਾਂ ਨਾਲ ਲੜ ਕੇ ਲਿਆ, ਮੈਂ ਦੱਸਿਆ ਮੈਂ ਨਾਂ ਨਹੀਂ, ਮੈਂ ਤਾਂ ਕਿਹਾ ਪ੍ਰਭਾ ਉਹ 'ਚ ਨਾਂ ਨਾ, ਕਹਿੰਦੇ ਸੀ ਕਿਸੇ ਚੈਨਲ ਦਾ ਨਾਂ ਲੈਣਾ ਨਾ ਕਿਸੇ ਹੋਰ ਦਾ। ਹੁਣ ਮੈਂ ਕਿਹਾ ਜਿਹੜੇ ਜਿਹੜੇ ਡੈੱਡ ਬੋਡੀਆਂ 'ਤੇ ਬੰਦਾ ਜਾਂਦੇ ਹੁੰਦੇ, ਮੈਂ ਹੁਣ ਕਹਿੰਦਾ ਵੀ ਮੇਰਾ ਬਾਜਵਾ ਵੀ ਡੈੱਡ ਬੋਡੀਆਂ 'ਤੇ ਜਾਂਦਾ, ਇਹ ਇੱਕ ਦਿਨ ਨਹੀਂ ਗਿਆ, ਇਹ ਮੈਂ ਨਾ ਗੁੱਸਾ ਕਰੇ ਭਰਾਵਾ ਮੈਨੂੰ ਤੂੰ ਐਵੇਂ ਨਾਲ ਤੋੜ ਲਿਆ, ਮੈਂ ਫਿਰ ਕਈ ਵਾਰੀ ਇਹ ਵੀ ਗੱਲਾਂ ਹੁੰਦੀਆਂ, ਅਤੇ ਕਰੀ ਮੈਂ ਦਸਤਾਰ ਸੰਬੰਧੀ ਇੱਕ ਖਬਰ ਲਾ ਕੇ ਦਸਤਾਰ ਸੰਬੰਧੀ ਖਬਰ ਲਾ ਕੇ ਲੋਕਾਂ ਦੇ ਘਰ 'ਚ 2 ਲੱਖ ਅਖਬਾਰ ਚੁੱਕੀ, ਮੈਂ ਉੱਥੋਂ ਕਿਤਾਬਾਂ ਚੱਕ ਹੈ ਨਹੀਂ, ਮੈਂ ਟੇਢਾ ਲਾਇਆ ਸਤਿ ਸ਼੍ਰੀ ਅਕਾਲ ਜੀ। ਹਾਂਜੀ ਵਾਕਈ ਪੈਰਿਸ ਸਵਰਗ ਹੈ ਜੀ, ਸਾਰੇ ਮੇਰੇ ਵੀ ਸ਼ੇਅਰ ਕਰੋ ਜੀ, ਦੇਖੋ ਸੰਗਤਾਂ ਦਾ ਕਿੰਨਾ ਜ਼ਿਆਦਾ ਸੰਗਤਾਂ ਦੇ ਅੰਦਰ ਵਿੱਚ ਆਏ ਨਗਰ ਕੀਰਤਨ ਦਾ, ਦੇਖੋ ਕਿੰਨੇ ਉਹਦੇ ਨਾਲ ਗੁਰੂ ਦੇ ਖਾਲਸਾ ਦਿਵਸ ਮਨਾਉਣ ਆਏ, ਅਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿੰਨੇ ਵੀ ਮੇਰੇ ਵੀਰ ਦੇਖਦੇ ਹਨ, ਹਜੇ ਹੋਰ ਵੀ ਵੀਰ ਵੀ ਬਹੁਤ ਪਿੱਛੇ ਆ ਰਹੇ। ਮੈਂ ਦੇਖ ਲੈਂਦਾ, ਬੋਲੋ ਕਿੰਨੇ ਕੁ ਪੇਜ ਬੋਲੋ, ਇੱਕੋ ਪੇਜ ਆ ਪੰਜਾਬੀ ਪੈਰਸ ਤੋਂ, ਜਾਂ ਮੇਰੇ ਭਰਾ ਹੁਣ ਸੇਵਾ ਕਰਦੇ ਆ ਜੀ, ਬੋਲਦੇ ਨੇ ਬਸ ਮੇਰੇ ਇਹਨਾਂ ਭਰਾਵਾਂ ਦੀ ਚੜ੍ਹਦੀ ਕਲਾ ਦਾ ਬਸ। ਤੁਸੀਂ ਵੀ ਕਹਿਣਾ ਜੀ ਕੁਛ? ਬਾਕੀ ਮੈਂ ਬਹੁਤ ਬਹੁਤ ਮੁਬਾਰਕਾਂ ਜੀ, ਤੁਸੀਂ ਜਾਦਵਿੰਦਰ ਭਾ ਤੇ ਬਹੁਤ ਮੁਬਾਰਕਾਂ, ਦੇਖੋ ਨਗਰ ਕੀਰਤਨ ਇਸ ਵਾਰ ਦਾ ਬਹੁਤ ਸੰਗਤ ਆਈ, ਪਿਛਲੇ ਸਾਲ ਨਾਲੋਂ ਦੁੱਗਣ ਗਿਆ ਆਪਣਾ, ਦੇਖੋ ਜੀ ਸਾਹਮਣੇ ਮੋਨੂ ਆਉਣ ਵਾਲਾ ਸਟਾਰ, ਮੋਨੂ ਭਾ
ਮੋਨੋ ਵੀਰ, ਉਹ ਮੋਨੋ ਵੀਰ ਆ ਜਾ, ਉੱਤੇ ਤੇਰੀ ਕਮੀ ਆ ਉੱਤੇ। ਨਹੀਂ ਮੈਂ ਤਾਂ ਗਿਆ ਨਾ ਗਰੀਬ ਦਿਹਾੜੀ ਪਾ ਦੂੰ ਮੈਂ ਕਰਨੈਲ ਕਰਨੈਲ ਨੀਲਾ ਭਰਨਾ ਕਰਨੈਲ ਕਰਨੈਲ ਸੁਣਦੇ ਨੀ ਕਰਨੈ ਕਰਨੈਲ ਨੂੰ ਬੁਲਾਓ ਭਾਈ, ਬੁਲਾਇਓ ਭਾਜੀ ਪਿੱਛੇ। ਕੀ ਹਾਲ ਭਾਜੀ, ਠੀਕ ਠਾਕ ਹੋ? ਹੁਣ ਤੁਰੀਆਂ ਕਿੱਥੇ ਗੱਲਾਂ, ਯਾਰ ਦੀਪ ਵੀ ਛੱਡ ਗਿਆ। ਉਹ ਕਹਿੰਦਾ ਮੈਂ ਪਿਛਲੇ ਸਾਲ ਆ ਕੰਜਰਖਾਨੇ ਛੱਡ ਕੇ 3,75,000 ਰੁਪਏ ਦਾ ਕੰਮ ਕੀਤਾ। ਕਹਿੰਦਾ ਪਿਛਲੇ ਸਾਲ ਇਸਕੇ ਪਿੱਛੇ ਪਿਆ ਸੀ, ਕਹਿੰਦਾ 1,50,000 ਦਾ ਕੀਤਾ। ਕਹਿੰਦਾ 35-40 lakh ਰੁਪਈਆ ਜੇ ਸਾਡੇ ਪੇਜ ਹੀ ਖਰਾਬ ਕਰਦੇ, ਦਿਮਾਗ ਹੀ ਖਰਾਬ ਕਰਦੇ ਆ, ਤੇ ਫਿਰ ਕੀ ਲੋੜ ਪਈਏ ਕਮਾਈ ਦਾ, ਕਮਾਈ ਕਰੋ ਬੁੱਢੇ ਬਾਰੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਜਿਹੜੇ ਦੁਬਾਰਾ ਜੁੜੇ, ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਪੈਰਿਸ ਦੇ ਵਿੱਚ ਨਗਰ ਕੀਰਤਨ ਹੈ, ਮੋਹ ਮਾਤਾ ਸੰਗਤ ਪੁੱਜੀ ਹੋਈ ਜੀ। ਬਾਬਾ ਜੀ ਕਹਿੰਦਾ ਨਾ ਗੁਰਸੇ ਨੂੰ ਨਗਰ ਪੈਣ, ਅਸੀਂ ਆਪਣੇ ਅਸੀਂ ਇੱਕ ਸਾਫ਼ ਸੁਥਰੇ ਤਰੀਕੇ ਨਾਲ ਕੰਮ ਕਰਨਾ ਚਾਹੁੰਦੇ ਹਾਂ, ਅਤੇ ਲੋਕ ਇਹਦੇ ਨਾਲ ਏਜੰਸੀਆਂ ਦੇ ਕੰਮ ਕਰਨਾ ਨਜ਼ਰ ਚਾਹੁੰਦੇ, ਬੰਦੇ ਹੈਗੇ ਆ ਵਧੀਆ ਕੰਮ ਕਰਦੇ, ਨਹੀਂ ਵੀ ਨਜ਼ਰ ਚਾਹੁੰਦਾ ਤਾਂ ਨਹੀਂ ਆਉਂਦਾ, ਬਸ ਹੋਰ ਕੋਈ ਨਹੀਂ। ਇਹ ਆ ਵੀ ਕਦੀ ਕੋਈ ਇੱਦਾਂ ਦਾ ਝਿਰਮਟ ਪਾਂਜੇ ਸਾਡੇ ਉੱਤੇ ਕਮੀ ਵਿੱਚ ਤੁਰਿਆ ਹੁੰਦਾ, ਇੱਦਾਂ ਦਾ ਝਿਰਮਟ ਪਾਂਜੇ ਅਤੇ ਫਿਰ ਅਸੀਂ ਟਿੱਕੇ ਆ ਜਾਂਦੇ, ਕੋਈ ਜੋੜ ਪੈ ਜਾਵੇ ਇੰਡੀਆ 'ਚ ਗਾਇਆਂ ਦਾ ਕਦੇ ਸਾਡਾ ਨੁਕਸਾਨ ਹੋ ਸਕਦਾ, ਬਸ ਹੋਰ ਕੋਈ ਗੱਲ ਨਹੀਂ, ਕੋਈ ਡਰ ਨਹੀਂ। ਇਹ ਆ ਕਿ ਸਾਡੇ ਪਿੱਛੇ ਪਾਵਰ ਚਾਹੀਦੀ, ਕਵਰ ਕਰ ਦੇ।